ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ 'ਚ ਵੀ ਇਹੋ ਹਲਫ਼ਨਾਮਾ ਦਿੱਤਾ ਕਿ ਕਿਸਾਨਾਂ ਨੂੰ ਹੋਰਾਂ ਫਸਲਾਂ 'ਤੇ ਵੀ MSP ਦਿੱਤੀ ਜਾਵੇ। ਜਦੋਂ ਹੋਰਾਂ ਫਸਲਾਂ 'ਤੇ MSP ਦਿੱਤੀ ਗਈ ਤਾਂ ਕਿਸਾਨ ਝੋਨਾ ਛੱਡ ਕੇ ਹੋਰਾਂ ਫਸਲਾਂ ਨੂੰ ਵੀ ਉਪਜਾਉਣਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਤੁਸੀਂ ਵੀ ਸੁਣੋ ਹੋਰ ਕੀ ਕੁਛ ਕਿਹਾ। ਠੀਕ ਹੈ, ਦੇਖੋ ਅਸੀਂ ਜਿਹੜਾ ਕੇਂਦਰ ਸਰਕਾਰ ਨੂੰ ਇਹੀ ਲਿਖਿਆ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਇਹੀ ਡਰਾਫਟ ਦਿੱਤਾ ਕਿ ਜਿਵੇਂ ਝੋਨੇ ਨੂੰ MSP ਮਿਲਦੀ ਹੈ ਇਹਦੇ ਵਾਂਗੂ ਹੀ ਬਾਕੀ ਫਸਲਾਂ ਦੇ ਦਿਓ। ਇੱਕ ਮਿੰਟ ਜੀ। ਹੁਣ ਉਹਨਾਂ ਨੂੰ ਕਾਂਗਰਸੀਆਂ ਨੂੰ ਪੜ੍ਹਨਾ ਨਹੀਂ ਆਉਂਦਾ, ਵਾਂਗੂ ਸ਼ਾਇਦ ਨਹੀਂ ਪੜ੍ਹ ਸਕਦੇ ਉਹ, ਨਾ ਉਹ ਕਹਿੰਦੇ ਲਓ ਝੋਨੇ ਤੋਂ MSP ਹਟਾਉਣ ਬਾਰੇ ਕਹਿਤਾ। ਮੈਂ ਕਿਹਾ ਝੋਨੇ ਵਾਂਗ ਬਾਕੀਆਂ 'ਤੇ ਵੀ ਦੇ ਦਿਓ, ਜਿੰਨਾ ਗੈਪ ਹੋਊਗਾ ਉਹ ਅਸੀਂ ਪੇ ਕਰਨ ਨੂੰ ਤਿਆਰ ਹਾਂ। ਸੋ ਸਾਡੀ ਧਰਤੀ ਇੰਨੀ ਉਪਜਾਊ ਹੈ, ਜੋ ਮਰਜ਼ੀ ਬੀਜ ਲਓ, ਠੀਕ ਹੈ ਨਾ, ਅਸੀਂ ਉਪਜਾ ਲਾਂਗੇ। ਨਰਮਾ ਵੀ ਹੋ ਜੂਗਾ, ਮੱਕੀ ਹੋ ਜੂ, ਸੂਰਜਮੁਖੀ ਹੋ ਜੂ, ਸਾਰੀਆਂ ਫਸਲਾਂ ਹੋ ਜਾਂਦੀਆਂ ਨੇ। ਅਸੀਂ $200 ਬਿਲੀਅਨ ਦੀਆਂ ਦਾਲਾਂ ਕੋਲੰਬੀਆ ਤੋਂ ਅਸੀਂ ਉੱਧਰੋਂ ਇੰਪੋਰਟ ਕਰਦੇ ਹਾਂ, ਮੰਗਵਾਉਂਦੇ ਹਾਂ, ਅਤੇ ਸਾਨੂੰ ਦਿਓ ਨਾ ਦਾਲਾਂ ਬੀਜਣ ਦਾ ਮੌਕਾ। ਚੱਕੋ ਸਾਡੀਆਂ ਦਾਲਾਂ ਅਤੇ ਅਸੀਂ ਕੋਲੰਬੀਆ ਤੋਂ ਮੰਗਵਾਉਣਾ ਬੰਦ ਕਰਵਾ ਦਾਂਗੇ। ਪਹਿਲਾਂ ਨਹੀਂ ਕਣਕ ਆਉਂਦੀ ਹੁੰਦੀ ਸੀ ਅਮਰੀਕਾ ਤੋਂ, ਅਤੇ ਹਰੀ ਕ੍ਰਾਂਤੀ ਨਾਲ ਆਪਾਂ ਬੰਦ ਕਰਤੀ ਸੀ। ਸੋ ਪੁੱਛ ਕੇ ਜੇ ਉਹਨਾਂ ਦਾ ਹੋਵੇ ਨਾ ਸੈਂਟਰ ਦਾ ਪੰਜਾਬ ਪ੍ਰਤੀ, ਤਾਂ ਉਹ ਘੱਟੋ ਘੱਟ ਪੰਜਾਬ ਨੂੰ ਇਕੱਲੇ ਕਿਸਮਤ 'ਤੇ ਜਾਂ ਲਾਭਾਰਸ ਨਾ ਛੱਡੋ, ਪੰਜਾਬ ਨੂੰ, ਪੰਜਾਬ ਦੇ ਕਿਸਾਨ ਨੂੰ ਅਤੇ ਪੰਜਾਬ ਦੀ ਜਿਹੜੀ ਦੁਕਾਨਦਾਰੀ ਹੈ, ਵਪਾਰ ਹੈ, ਜਾਂ ਪੰਜਾਬ ਦਾ ਜਿਹੜਾ ਜਿਵੇਂ ਕਿ ਸਾਡੀ ਜੀਓਗ੍ਰਾਫਿਕਲ ਸਥਿਤੀ ਹੈ, ਇੱਧਰਲੇ ਪਾਸੇ ਸਾਡੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ। ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਚਾਹੀਦੀ ਹੈ, ਗਰੰਟੀ ਚਾਹੀਦੀ ਹੈ ਕਿ ਅਸੀਂ ਆਪਦੇ ਹੀ ਨੌਜਵਾਨ ਮੁੰਡੇ ਫੌਜ 'ਚ ਭਰਤੀ ਕਰਦੇ ਹਾਂ, ਬਾਅਦ 'ਚ ਕੋਈ ਇੱਥੇ ਘਟਨਾ ਹੋ ਜੇ ਸਾਨੂੰ ਕੇਂਦਰ ਤੋਂ ਫੌਜ ਲੈਣੀ ਪੈ ਜੇ, ਸਾਨੂੰ ਰੈਂਟ 'ਤੇ ਦਿੰਦੇ ਨੇ ਜੀ, ਉਹ ਕਿਰਾਇਆ ਦੇਣਾ ਪੈਂਦਾ ਸਾਨੂੰ ਉਹਨਾਂ ਦਾ, ਅਤੇ ਸਾਡੇ ਅਗਨੀਵੀਰ ਕਹਿ ਕੇ ਸਾਡੇ ਤਾਂ ਬੱਚਿਆਂ ਦੀਆਂ ਲਾਸ਼ਾਂ ਸੁੱਟ ਜਾਂਦੇ ਨੇ ਇੱਦਾਂ ਹੀ ਐਂਬੂਲੈਂਸ ਤੋਂ, ਪ੍ਰਾਈਵੇਟ 'ਚੋਂ ਕਰਕੇ। ਸੋ ਪੰਜਾਬ ਜਿਹੜਾ ਉਹ ਹਮੇਸ਼ਾ ਲੀਡਰ ਰਿਹਾ, ਲੀਡ ਕਰਦਾ ਰਿਹਾ ਹਰ ਇਨਕਲਾਬ ਨੂੰ। ਅੱਜ ਵੀ ਇੰਟਰਨੈਸ਼ਨਲ ਬਾਰਡਰ 'ਤੇ ਸਾਡੇ ਧੀਆਂ ਪੁੱਤ ਬੈਠੇ ਨੇ, ਜਿਹੜੇ ਉਹਨਾਂ ਦੀਆਂ ਛਾਤੀਆਂ ਜਿਹੜੀਆਂ ਨੇ ਉਹ ਉਡਾਈਆਂ ਹੋਈਆਂ ਨੇ। ਸੋ ਇਸ ਕਰਕੇ ਪੰਜਾਬ ਜਿਹੜਾ ਉਹ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਬਣੂਗਾ, ਤਾਂ ਅਸੀਂ ਨੰਬਰ 1 ਬਣਾਂਗੇ, ਹੋਰ ਕੋਈ ਤਰੀਕਾ ਨਹੀਂ। ਬਿਲਕੁਲ ਕਰਾਂਗੇ ਜੀ। ਆਹ 3 ਤਰੀਕ ਤੋਂ ਸੈਸ਼ਨ ਚੱਲ ਰਿਹਾ, ਸਾਡੇ ਰਾਜ ਸਭਾ ਦੇ ਅਤੇ ਲੋਕ ਸਭਾ ਦੇ ਮੈਂਬਰ ਇਹ ਮਾਮਲਾ ਉੱਥੇ ਉਠਾਉਣਗੇ ਜੀ। ਥੈਂਕ ਯੂ।